ਤੇ ਪਿਛਲੀ ਲੱਤਾਂ ਜਾਨਵਰ ਜਿਹੜਿਆ ਨਾ ਬਿਲਕੁਲ ਹੈ, ਵੇਖੋ ਤੇਰਾ ਇਹ ਕਿਵੇਂ ਪੋਜੀਸ਼ਨ ਦਿਖਾਓ ਜੀ, ਇਹ ਲੱਤਾਂ ਬਿਲਕੁਲ ਲੰਬੀਆਂ ਕਰ ਲੈਂਦਾ ਪਿਛਲੀ ਲੱਤਾਂ, ਇਹਦਾ ਮਤਲਬ ਹੈ ਕਿ ਇਹਨੂੰ ਟਾਰਸ਼ਨ ਦਾ ਕੇਸ ਜਿਹੜਾ ਉਹ ਬਣਿਆ ਹੈ, ਉਹਦੀ ਯੂਟਰਸ ਜਿਹੜੀ ਹੈ ਉਹ ਘੁੰਮ ਗਈ ਹੈ, ਉਹ ਟਵਿਸਟ ਹੋ ਗਈ ਹੈ, ਅਤੇ ਜਿਸ ਟਾਈਮ ਟਵਿਸਟ ਹੋ ਜਾਏਗੀ ਤੇ ਰਾਹ ਜਿਹੜਾ ਸਾਰਾ ਉਹ ਤੰਗ ਹੋ ਜਾਏਗਾ, ਅਤੇ ਬੱਚਾ ਇਟਸ ਓਨ ਐਕਸਿਸ ਆਪਣੇ ਇਰਦ ਗਿਰਦ ਜਿਹੜੀ ਆ ਉਹ ਘੁੰਮ ਜਾਂਦੀ ਹੈ, ਇਹਦੀ ਵਜੂਹਾਤ ਕੀ ਹੁੰਦੀਆਂ ਨੇ, ਜਾਨਵਰ ਕਿਤੇ ਬਾਹਰ ਗਿਆ ਉੱਚੀ ਨੀਵੀਂ ਜਗ੍ਹਾ, ਜਾਨਵਰ ਡਰ ਗਿਆ ਅਚਾਨਕ ਦੌੜਨ ਲੱਗ ਪਿਆ, ਜਾਂ ਤੁਸੀਂ ਕੋਈ ਜਾਨਵਰ ਮੰਡੀ 'ਚ ਪਰਚੇਸ ਕਰਕੇ ਲਿਆਂਦਾ ਟਰੱਕ ਤੋਂ ਜਿਹੜਾ ਉਹ ਛਲਾਕੇ ਵੱਜਦੇ ਨੇ, ਠੀਕ ਹੈ, ਅਪ ਐਂਡ ਡਾਊਨ ਜਿਹੜਾ ਜ਼ਿਆਦਾ ਹੁੰਦਾ ਔਰ ਇੱਕਦਮ ਬੱਚਾ ਜਿਹੜਾ ਉਹ ਘੁੰਮ ਜਾਂਦਾ ਵਿੱਚ, ਅਤੇ ਫਿਰ ਉਹ ਬੱਚੇ ਦਾ ਇਹਨੂੰ ਵਲ ਪੈ ਜਾਂਦਾ। ਇਹ ਹੁਣ ਜਿਹੜਾ ਵੇਖ ਲਿਆ ਅਸੀਂ ਸੱਜੇ ਪਾਸੇ ਜਿਹੜਾ ਇਹਨੂੰ ਅਸੀਂ ਇੱਧਰ ਨੂੰ ਪਲਟੀ ਦਵਾਂਗੇ, ਅਗਰ ਸੱਜੇ ਪਾਸੇ ਹੋਏਗਾ ਤਾਂ ਸੱਜੇ ਪਾਸੇ ਕਰਾਂਗੇ, ਅਗਰ ਖੱਬੇ ਪਾਸੇ ਬੱਚੇ ਦਿਨ ਘੁੰਮ ਗਈ ਹੈ ਤਾਂ ਖੱਬੇ ਪਾਸੇ ਦੇ ਦਵਾਂਗੇ, ਔਰ ਇੱਕ ਫੱਟਾ ਜਿਹੜਾ ਹੁਣ ਅਗਲੀ ਸੁਬਾਹ ਜਿਹੜੀ ਹੈ ਉਹ ਹੋ ਗਈ ਖੰਘ ਦੇ ਵੀ, ਅਤੇ ਔਰ ਬਿਲਕੁਲ ਸੁਸਤ ਹੋਈ ਦੀ ਹੈ, ਤੇਲ ਫੜੋ ਹੁਣ ਅਸੀਂ ਚੈੱਕ ਕਰਾਂਗੇ ਜੀ, ਆਇਆ ਇਹਦੀ ਜਿਹੜੀ ਸਰਵੈਕਸ ਹੈ ਉਹ ਡਾਇਲਟੇਸ਼ਨ ਉਹਦੀ ਹੋ ਗਈ ਹੈ ਕਿ ਨਹੀਂ, ਉਹਦੀ ਬੱਚਾ ਦੇ ਮੂੰਹ ਖੁੱਲ੍ਹ ਗਿਆ ਕਿ ਨਹੀਂ, ਚਲੋ ਇਸ ਵਾਰੀ ਖੰਘਦੀ ਪਈ ਆ ਜੀ, ਤੇਲ ਜਿਹੜਾ ਹੈ ਅਸੀਂ ਬਿਸਮਿਲਲਾ, ਅੱਛਾ ਜੀ ਦੇਖੋ ਬਾਹਰ ਜਿਹੜਾ ਡੰਗ ਲੱਗਿਆ ਗੋਬਰ ਵਗੈਰਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ, ਇੱਕ ਲੋਟਾ ਪਾਣੀ ਲੈ ਗਿਆ ਧੋ, ਇਹਨੂੰ ਚੰਗੀ ਤਰ੍ਹਾਂ ਧੋ ਪਹਿਲਾਂ, ਆਪਣਾ ਹੱਥ ਪਾਉਣ ਤੋਂ ਪਹਿਲਾਂ ਜਿਹੜਾ ਵਜਾਇਨਾ ਦੇ ਵਿੱਚ ਹੱਥ ਪਾਉਣ ਤੋਂ ਪਹਿਲਾਂ ਇਨਸ਼ੋਰ ਕਰੋ ਕਿ ਸਾਰੀ ਜਗ੍ਹਾ ਜਿਹੜੀ ਅਪਰੀਨਲ ਏਰੀਆ ਉਹ ਬਿਲਕੁਲ ਸਾਫ਼ ਸੁਥਰਾ, ਕਿਉਂਕਿ ਬਾਹਰ ਦਾ ਜਿਹੜਾ ਇਨਫੈਕਸ਼ਨ ਦੇ ਜਿਹੜੇ ਜਰਾਸੀਮ ਨੇ ਉਹ ਅੰਦਰ ਨਾ ਜਾਣ, ਕਿਉਂਕਿ ਇਹੋ ਜਿਹਾ ਜਾਨਵਰ ਬਾਅਦ 'ਚ ਜ਼ੋਰ ਲਾਉਂਦਾ ਰਹਿੰਦਾ, ਬਾਅਦ 'ਚ ਮਸਲਾ ਬਣ ਜਾਂਦਾ। ਅੰਦਰ ਦੀ ਸੂਰਤ ਹਾਲ ਕੀ ਹੈ, ਇਹਨੂੰ ਕਹਿੰਦੇ ਅਸੀਂ ਟਾਰਸ਼ਨ, ਜਿਹੜੀ ਬੱਚਾ ਦਾਣੀ ਹੈ ਉਹ ਵਲ ਖਾ ਗਈ ਦੀ ਹੈ, ਇਹੋ ਜਿਹਾ ਜਾਨਵਰ ਕਦੇ ਵੀ ਆਪੇ ਨਹੀਂ ਸੂ ਸਕਦਾ, ਅਤੇ ਹੁਣ ਕਰਨਾ ਕੀ ਹੈ ਇਹਨੂੰ ਅਸੀਂ ਖੋਲ੍ਹਾਂਗੇ, ਖੋਲ੍ਹ ਕੇ ਇਹਨੂੰ ਖੁੱਲ੍ਹੀ ਜਗ੍ਹਾ 'ਤੇ ਕਰਕੇ ਅਤੇ ਇਹਨੂੰ ਜਿਹੜਾ ਪਲਟੀਆਂ ਦਵਾਂਗੇ, ਕਲਟੀਆਂ ਜਿਹਨੂੰ ਕਹਿੰਦੇ ਹਨ, ਇਹਦੇ ਪਾਸੇ ਜਿਹੜੇ ਮਰਵਾਵਾਂਗੇ ਤਾਂ ਕਿ ਬੱਚਾਦਾਨੀ ਜਿਹੜੀ ਹੈ ਉਹ ਖੋਲ੍ਹੀਏ, ਐਵੇਂ ਇਸ ਟਾਈਮ ਵੱਡਾ ਬੱਚਾਦਾਨੀ ਜਿਹੜੀ ਹੈ ਉਹਦੀ ਯੂਟਰਸ ਜਿਹੜੀ ਹੈ ਉਹ ਘੁੰਮ ਗਈ ਹੈ, ਉਹ ਟਵਿਸਟ ਹੋ ਗਈ ਹੈ, ਅਤੇ ਜਿਸ ਟਾਈਮ ਟਵਿਸਟ ਹੋ ਜਾਏਗੀ ਤਾਂ ਰਾਹ ਜਿਹੜਾ ਸਾਰਾ ਉਹ ਤੰਗ ਹੋ ਜਾਏਗਾ, ਅਤੇ ਬੱਚਾ ਕਦੇ ਵੀ ਬਾਹਰ ਨਹੀਂ ਆਏਗਾ, ਇਸੇ ਵਾਸਤੇ ਦੇਖਿਆ ਨਾ ਕਿਵੇਂ ਖੰਘਦੀ ਵੀ ਹੈ ਨਾਲ ਸ਼ਦੀਦ, ਅੱਲਾ ਮਾਫ਼ ਕਰੇ, ਸਭ ਤੋਂ ਜ਼ਿਆਦਾ ਤਕਲੀਫ ਦੇ ਮਰਹਲਾ ਜਿਹੜਾ ਇਹ ਹੁੰਦਾ, ਕਿ ਤੁਹਾਨੂੰ ਚਾਹੀਦਾ ਸੀ ਕਮਲ ਕਿ ਮੈਂ ਰਾਤ ਨੂੰ ਫੋਨ ਕਰਦੇ ਕਿ ਡਾਕਟਰ ਸਾਹਿਬ ਗੱਲ ਹੋਈ, ਹੁਣ ਤੁਸੀਂ ਦੇਖੋ 36 ਘੰਟਿਆਂ ਬਾਅਦ ਜਾ ਕੇ ਤੁਸੀਂ ਇਹਨੂੰ ਖੋਲ੍ਹ ਲਈ ਹੈ ਫੋਨ, ਇਹਨੂੰ ਇੱਥੇ ਲਿਆ ਕੇ, ਕਿਉਂਕਿ ਜੋ ਟਵਿਸਟਿੰਗ ਆਫ ਦੀ ਯੂਟਰਸ ਹੈ ਆਨ ਇਟਸ ਓਨ ਐਕਸਿਸ ਆਪਣੇ ਇਰਦ ਗਿਰਦ ਜਿਹੜੀ ਆ ਉਹ ਘੁੰਮ ਜਾਂਦੀ ਹੈ, ਇਹਦੀ ਵਜੂਹਾਤ ਕੀ ਹੁੰਦੀਆਂ ਨੇ, ਜਾਨਵਰ ਕਿਤੇ ਬਾਹਰ ਗਿਆ ਉੱਚੀ ਨੀਵੀਂ ਜਗ੍ਹਾ, ਜਾਨਵਰ ਡਰ ਗਿਆ ਅਚਾਨਕ ਦੌੜਨ ਲੱਗ ਪਿਆ, ਜਾਂ ਤੁਸੀਂ ਕੋਈ ਜਾਨਵਰ ਮੰਡੀ 'ਚ ਪਰਚੇਸ ਕਰਕੇ ਲਿਆਂਦਾ ਟਰੱਕ ਤੋਂ ਜਿਹੜਾ ਉਹ ਛਲਾਕੇ ਵੱਜਦੇ ਨੇ, ਠੀਕ ਹੈ, ਅਪ ਐਂਡ ਡਾਊਨ ਜਿਹੜਾ ਜ਼ਿਆਦਾ ਹੁੰਦਾ ਔਰ ਇੱਕਦਮ ਬੱਚਾ ਜਿਹੜਾ ਉਹ ਘੁੰਮ ਜਾਂਦਾ ਵਿੱਚ, ਅਤੇ ਫਿਰ ਉਹ ਬੱਚੇ ਦਾ ਇਹਨੂੰ ਵਲ ਪੈ ਜਾਂਦਾ। ਇਹ ਹੁਣ ਜਿਹੜਾ ਵੇਖ ਲਿਆ ਅਸੀਂ ਸੱਜੇ ਪਾਸੇ ਜਿਹੜਾ ਇਹਨੂੰ ਅਸੀਂ ਇੱਧਰ ਨੂੰ ਪਲਟੀ ਦਵਾਂਗੇ,
ਅਗਰ ਸੱਜੇ ਪਾਸੇ ਹੋਏਗਾ ਤਾਂ ਸੱਜੇ ਪਾਸੇ ਕਰਾਂਗੇ, ਅਗਰ ਖੱਬੇ ਪਾਸੇ ਬੱਚੇ ਦਿਨ ਘੁੰਮ ਗਈ ਹੈ ਤਾਂ ਖੱਬੇ ਪਾਸੇ ਦੇਵਾਂਗੇ। ਔਰ ਇੱਕ ਫੱਟਾ ਜਿਹੜਾ ਇਹਦੇ ਉੱਤੇ ਅਸੀਂ ਰੱਖਾਂਗੇ ਤਾਂ ਕਿ ਉਹਨੂੰ ਬੱਚੇ ਨੂੰ ਫਿਕਸ ਕਰ ਸਕੀਏ, ਬੱਚਾ ਨਾ ਉਹ ਨਾ ਘੁੰਮੇ। ਫੱਟਾ ਪਿਆ ਇਹ ਸਾਨੂੰ ਪਤਾ ਕਿਵੇਂ ਚੱਲੇਗਾ ਬਾਹਰ ਦੀ ਸੂਰਤ ਹਾਲ ਵੇਖ ਕੇ ਇਸ ਜਾਨਵਰ ਨੂੰ ਟਾਰਸ਼ਨ ਦਾ ਕੇਸ ਹੈ ਜਾਂ ਨਹੀਂ ਹੈ, ਇਹ ਮਸਲਾ ਹੈ ਕਿ ਨਹੀਂ ਹੈ। ਸਭ ਤੋਂ ਵੱਡੀ ਗੱਲ, ਜਾਨਵਰ ਜਿਸ ਟਾਈਮ ਸੂਣ ਤੋਂ ਪਹਿਲਾਂ ਪੂੜੇ ਪਾਈ ਜਾਂਦਾ, ਦੁੱਧ ਜਿਹੜਾ ਥਾਂ 'ਚ ਬਿਲਕੁਲ ਪੂਰਾ ਭਰਿਆ ਹੋਏਗਾ, ਲੇਕਿਨ ਟਾਰਸ਼ਨ ਦੇ ਵਿੱਚ ਜਿਸ ਟਾਈਮ ਬੱਚੇ ਨੂੰ ਵਾਲ ਪੈ ਜਾਂਦਾ, ਜਾਨਵਰ ਆਪਣਾ ਦੁੱਧ ਜਿਹੜਾ ਉਹ ਚੁੱਕ ਲਏਗਾ। ਆਹ ਵੇਖੋ ਇਹ ਪਹਿਲਾਂ ਦੁੱਧ ਮਾਸ਼ਾਅੱਲਾ ਕਾਫੀ ਸੀ, ਲੇਕਿਨ ਹੁਣ ਸਾਰੇ ਥਣ ਗਏ ਨੇ, ਉਹ ਖਾਰੀ ਮਹਿਸੂਸ ਹੁੰਦੀ ਪਹਿਲਾਂ। ਵੇਖੋ ਹਵਾਨਾ ਜਿਹੜਾ ਇਹਦਾ ਦੁੱਧ ਮਹਿਸੂਸ ਨਹੀਂ ਹੁੰਦਾ ਪਿਆ, ਔਰ ਜਾਨਵਰ ਆਪਣੀਆਂ ਲੱਤਾਂ ਜਿਹੜੀਆਂ ਨੇ ਪਿੱਛੇ ਲੱਤਾਂ ਉਹ ਚੋੜੀਆਂ ਕਰਕੇ ਬਹਿੰਦਾ, ਕਦੇ ਇੱਧਰ ਨੂੰ ਮਾਰਦਾ ਕਦੇ ਇੱਧਰ ਨੂੰ ਕਰਦਾ, ਇਹਦਾ ਮਤਲਬ ਹੈ ਕਿ ਅੰਦਰ ਮਸਲਾ ਬਣ ਗਿਆ। ਹਾਂ ਬਈ ਹੋ ਗਿਆ, ਆਹੋ ਇਹਨੂੰ ਹੁਣ ਕੀ ਕਰਨਾ, ਕੋਈ ਪਰਾਲੀ ਕੋਈ ਪਈ ਹੈ, ਪਰਾਲੀ ਪੂਰੀ ਥੱਲੇ ਸੁੱਟ ਲਓ ਤਾਂ ਪਿਛਲੀ ਲੱਤਾਂ ਜਾਨਵਰ ਜਿਹੜਾ ਨਾ ਬਿਲਕੁਲ ਹੈ, ਵੇਖੋ ਤੇਰਾ ਇਹ ਕਿਵੇਂ ਪੋਜੀਸ਼ਨ ਦਿਖਾਓ ਜੀ, ਇਹ ਲੱਤਾਂ ਬਿਲਕੁਲ ਲੰਬੀਆਂ ਕਰ ਲੈਂਦਾ ਪਿਛਲੀ ਲੱਤਾਂ, ਇਹਦਾ ਮਤਲਬ ਹੈ ਕਿ ਇਹਨੂੰ ਟਾਰਸ਼ਨ ਦਾ ਕੇਸ ਜਿਹੜਾ ਉਹ ਬਣਿਆ ਹੁੰਦਾ, ਇਹ ਵੇਖ ਸਕਦੇ ਹੋ। ਔਰ ਹਵਾਨਾ ਜਿਹੜਾ ਆਮ ਜਾਨਵਰ ਜਿਹੜਾ ਟਾਈਮ 'ਤੇ ਸੁਣਦਾ, ਜਿਸ ਟਾਈਮ ਜਿਹੜੀ ਪੀਰੀਅਡ ਪੂਰਾ ਹੋ ਜਾਂਦਾ, ਦੁੱਧ ਲਾਇਆ ਹੁੰਦਾ, ਲੇਕਿਨ ਇਹ ਵੇਖੋ ਇਹਦੇ ਵਿੱਚ ਦੁੱਧ ਜਿਹੜਾ ਇੰਨਾ ਖੁੱਲ੍ਹ ਕੇ ਉਹਨੇ ਨਹੀਂ ਲਾਇਆ, ਬੜਾ ਚੱਟਾ ਨਹੀਂ ਉਹਨੇ ਬਣਾਇਆ, ਇਹਦਾ ਮਤਲਬ ਇੱਕ ਟਾਰਸ਼ਨ ਅੰਦਰ ਬੱਚਾ ਦੇ ਇਹਨੂੰ ਵਲ ਪੈ ਗਈ ਹੈ ਜਿਹਦੀ ਵਜ੍ਹਾ। ਫੜੋ ਹੁਣ ਜੀ ਤਰਾ ਇਹ ਚੱਡੇ ਵਾਲੇ ਪਾਸੇ ਖੜੇ, ਚੱਡੇ ਵਾਲੇ ਪਾਸੇ ਇਧਰ ਆਓ, ਇਧਰ ਮੂੰਹ ਬਣਾਵਾਂਗਾ ਠੀਕ। ਇੱਧਰ ਆਓ ਇੱਕ ਦਿਨ ਸਖਤ ਪਰ ਬੰਦਾ ਇੱਧਰ ਆਓ, ਜਿਹੜਾ ਪਾਣੀ ਗਿਆ ਮੂੰਹ ਚ ਉਹ ਬਾਰਾ ਚਲ ਆਰਾਮ ਜੀ। ਇੱਕ ਜਿਹੜੀ ਆ ਗਈ ਨਾਲ ਹੀ ਮਾਸ਼ਾ ਲਾ ਬਲੱਡ ਹੀ ਖਾਣ, ਅੱਛਾ ਇਹ ਨਾ ਜਾਈ ਨੂੰ ਭੁੱਲ ਜਾਏ, ਉਹ ਤੋੜੇ ਤੇ ਪਾ ਲਓ, ਆਹੋ ਤੋੜੇ ਤੇ ਪਾਓ ਉਹਨੂੰ ਇੱਥੇ ਲੈ ਜਾਈ। ਆਪਣਾ ਖੋਰੇ ਚ ਪਿਆ ਨਾ ਸਾਬਣ, ਇਹਨੂੰ ਅਸੀਂ ਡਰਾਈ ਕਰਾਂਗੇ ਖੁਸ਼ਕ ਤਾਂ ਕਿ
ਵਾਰੀ ਇਹਨੂੰ ਚੁੱਕਣਾ ਪੈਣਾ। ਆਵਾਜ਼ ਆ ਰਹੀ ਸੀਟੀ ਦੀ ਖੜ ਖੜ ਦੀ, ਇਹਦੇ ਫੇਫੜਿਆਂ ਦੇ ਜਿਹੜਿਆਂ ਨਾਲ ਪਾਣੀ ਗਿਆ ਲੈ। ਬਸ 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 ਬਣਾ, ਔਰ ਇੱਕ ਇੰਚ ਦੋ ਇੰਚ ਛੱਡ ਕੇ ਥੱਲਿਓ ਅਸੀਂ ਗਨ ਮਾਰ ਦਾਂਗੇ, ਤਾਂ ਕਿ ਜਿਹੜਾ ਅਮਲੈਕਲ ਕਾਰਡ ਹੈ ਜਿਹੜੀ ਧੁਨੀ ਹੈ ਉਹ ਪਿੱਛੋਂ ਕਰ ਐਕਸਟਰਨਲ ਹੈ, ਇਹਨੂੰ ਕੱਟ ਦਾਂਗੇ। ਸਾਡੇ ਹੱਥ 'ਚ ਹੋ ਗਿਆ ਇਹ ਕਰ ਦਿੰਦੇ, ਬਹੁਤ ਜ਼ਰੂਰੀ ਹੈ ਕਿਉਂਕਿ ਉਹ ਜਾਨਵਰ ਜਿਨਕਾ ਜੋ ਹੈ ਅਮਲੈਕਲ ਕਾਰਡ ਜੋ ਹੈ ਉਹ ਲਟਕਦਾ ਰਹਿਤਾ ਹੈ, ਨੀਚੇ ਜ਼ਮੀਨ ਪਰ ਲੱਗਦਾ ਹੈ, ਵਹਾਂ ਸੇ ਇਨਫੈਕਸ਼ਨ ਹੋਤੀ ਹੈ, ਉਹ ਸਾਰੇ ਕਾ ਸਾਰਾ ਜਾਨਵਰ ਨਾੜੂ ਹੈ, ਉਹ ਉੱਪਰ ਸੇ ਉਹ ਸਵੈਲਿੰਗ ਹੋ ਜਾਤੀ ਹੈ ਔਰ ਜਾਨਵਰ ਇਸ ਤਰ੍ਹਾਂ ਫਿਰ ਉਸਕੀ ਗਰੋਥ ਹੀ ਨਹੀਂ ਹੋਤੀ, ਤੋ ਇਹ ਕਰਨਾ ਬਹੁਤ ਜ਼ਰੂਰੀ ਹੈ। ਆਪ ਇਸਕੋ ਐਂਟੀਬਾਇਓਟਿਕ, ਐਂਟੀ ਹਿਸਟਾਮੀਨ, ਮਲਟੀਵਿਟਾਮਿਨਸ ਉਹ ਦੇਂਗੇ, ਔਰ ਕਿਉਂਕਿ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ, ਬੈਂਸ ਵੀ ਕਮਜ਼ੋਰ ਹੈ, ਇਹ ਚਾਹੀਏ ਥੀ ਕਿ ਆਇਆ ਕਰਵਾ ਰਹੇ, ਤੋ ਅਭੀ ਹਮ ਸਾਥ ਇਸਕੋ ਜੋ ਕੈਲਸ਼ੀਅਮ ਥੈਰਾਪੀ ਹੈ ਉਹ ਵੀ ਦੇਂਗੇ, ਤਾਂ ਕਿ ਇਸਕੇ ਅੰਦਰ ਜਾਨ ਆਏ, ਇਹ ਦੁੱਧ ਵੀ ਉਤਾਰੇ, ਕਿਉਂਕਿ ਦੁੱਧ ਜੋ ਉਸਕੋ ਉਤਾਰਨਾ ਚਾਹੀਏ ਥਾ, ਜੋ ਅਡਰ ਕੀ ਫਾਰਮੇਸ਼ਨ ਥੀ, ਜੋ ਲੈਟ ਡਾਊਨ ਆਫ ਮਿਲਕ ਹੋਣਾ ਚਾਹੀਏ ਥਾ, ਉਹ ਨਹੀਂ ਹੁਆ ਡਿਊ ਟੂ ਦੀ ਟਾਰਸ਼ਨ, ਟਾਰਸ਼ਨ ਕੀ ਵਜ੍ਹਾ ਸੇ। ਤੋ ਆਈ ਹੋਪ ਆਜ ਕੀ ਜੋ ਵੀਡੀਓ ਹੈ ਆਪਕੋ ਪਸੰਦ ਆਈ ਹੋਗੀ, ਇਸਕੋ ਲਾਈਕ ਕੀਜੀਏਗਾ, ਸ਼ੇਅਰ ਕੀਜੀਏਗਾ, ਕੋਈ ਵੀ ਸਵਾਲ ਪੁੱਛਣਾ ਹੋ ਤੋ ਕਮੈਂਟਸ ਬਾਕਸ ਮੇਂ ਜੋ ਡਾਲ ਦੀਜੀਏਗਾ, ਇਨਸ਼ਾਅੱਲਾ ਆਈ ਵਿਲ ਟ੍ਰਾਈ ਮਾਈ ਬੈਸਟ ਟੂ ਐਨਸਰ ਯੂਅਰ ਕੁਐਸਚਨ। ਤੋ ਬਹੁਤ ਸ਼ੁਕਰੀਆ, ਇਹ ਐਂਡ ਪੇਜ ਹੈ, ਇਸਕੋ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ। ਸ਼ੁਕਰੀਆ, ਅਸਲਾਮ ਵਾਲੇਕੁਮ ਵਰਹਮਤੁਲਲਾਹ।